जिला तरन तारण अधीन आउंदे थाना बैरोवाल के पिंड नागोके विखे दो गुटा के तकरार हो गई, जिस गोलियां मार के चाचे भतीजे की हत्या कर दी गई है। मृतक व्यक्तियों की शनाख्त लखबीर सिंह पुत्र जरनैल सिंह अते अमृतपाल सिंह पुत्र तशबीर सिंह वजो हुई है। जानकारी दिंदे मृतक के परिवारक मैंबरां दे पिंड दे मौतपरां ने दस्सिया कि अमृतपाल सिंह दा पिंड दे ही नौजवानां नाल किसी गल नूं लैके झगड़ा होया सी, जिस तों बाद इस घटना नूं अंजाम दित्ता गया। मनदीप सिंह की गलबात है? गलबात भाजी इदां ही है कि वह मेरे चाचा जी बेटे नूं मुंडे आ गए पै के पिंड ते ते उधरों चाचा जी चल गए, अहीं चल गए ते उन्होंने होर मुंडे सद ले, उन्होंने आण के सिद्धियां गोलियां मारतीं। गिरफ्तार ਮੇਰਾ ਨਾਮ ਅਮਰਜੀਤ ਸਿੰਘ ਜੀ। ਠੀਕ ਹੈ ਜੀ, ਤੁਸੀਂ ਸਰਪੰਚ ਪਿੰਡ ਦੇ? ਪਿੰਡ ਨਾਗੂ ਕੇ ਅੰਦਰ ਸਰਪੰਚ ਹਾਂ ਜੀ। ਇਹ ਜਿਹੜੀ ਰਾਤ ਦੀ ਘਟਨਾ ਹੋਈ ਹੈ, ਕੀ ਘਟਨਾ ਹੋਈ ਤੁਹਾਨੂੰ ਕਿਵੇਂ ਪਤਾ ਲੱਗਾ ਜੀ? ਮੈਨੂੰ ਰਾਤ ਜੀ ਫੋਨ ਆਇਆ ਕੋਈ 10:15 ਵਜੇ ਤੇ ਮੈਂ 11 ਵਜੇ ਇੱਥੇ ਮੌਕੇ ਤੇ ਪਹੁੰਚਿਆ ਜੀ। ਉਦੋਂ ਦੋਵੇਂ ਡੈੱਡ ਬੋਡੀਆਂ ਪੈਰ ਦੇ ਉੱਤੇ ਰਸਤੇ 'ਤੇ ਪਈਆਂ ਸੀ। DSP ਸਾਹਿਬ ਸੁੱਚਾ ਸਿੰਘ ਬੱਲ ਅਤੇ ਸਬ ਇੰਸਪੈਕਟਰ ਵੈਰਵਾਲ ਥਾਣੇ ਤੋਂ ਆਏ ਸੀ। ਉਹ ਟਾਈਮ 'ਤੇ ਫਿਰ ਜੋ ਉਹਨਾਂ ਨੇ ਕਾਰਵਾਈ ਕਰਨੀ ਕਰਕੇ ਡੈੱਡ ਬੋਡੀਆਂ ਟਰਾਲੀ ਦੇ ਵਿੱਚ ਰਖਾ ਕੇ ਸਿਵਲ ਹਸਪਤਾਲ ਤਰਨ ਤਾਰਨ ਨੂੰ ਭੇਜ ਦਿੱਤੀਆਂ। ਅਚਾਨਕ ਜੀ ਕੋਈ ਪਤਾ ਨਹੀਂ ਲੱਗ ਸਕਿਆ ਲੜਾਈ ਦਾ ਕਾਰਨ ਕੀ ਸੀ? ਇਹ ਲੜਾਈ ਦਾ ਜੇ ਤੱਕ ਕੋਈ ਕਾਰਨ ਦਾ ਪਤਾ ਨਹੀਂ ਲੱਗਾ, ਮੁੰਡਿਆਂ ਦੀ ਆਪਸੀ ਕੋਈ ਨਿੱਕੀ ਮੋਟੀ ਗੱਲ ਤੋਂ ਇਹ ਰੂਪ ਅਖਤਿਆਰ ਕਰ ਗਿਆ, ਪਰ ਬਹੁਤ ਜ਼ਿਆਦਾ ਧੱਕਾ ਆਇਆ ਜੀ। ਘਰੀ ਤਬਾਹ ਹੋ ਗਿਆ ਉਹਨਾਂ ਦੇ, ਇੱਕ ਮੁੰਡਾ ਕੁਆਰਾ ਅਤੇ ਇੱਕ ਵੱਡੇ ਬਜ਼ੁਰਗ ਮਾਰੇ ਗਏ ਜੀ। SHO ਵਰਿੰਦਰ ਸਿੰਘ ਖੋਸਾ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਰ ਜਿਹੜੇ ਅੱਜ ਦੋ ਮੁੰਡੇ ਹੋਏ ਆ, ਸਰ ਕੀ ਮਾਮਲਾ ਜੀ? ਬੀਤੀ ਕੱਲ੍ਹ ਕਰੀਬ 10 ਵਜੇ ਪਿੰਡ ਨਾਗੋਕੇ ਤੋਂ 112 ਦੇ ਥਰੂ ਇੱਕ ਕੰਪਲੇਂਟ ਆਈ, ਜਿਹਦੇ ਵਿੱਚ ਕੰਪਲੇਨੈਂਟ ਮਲਕੀਤ ਸਿੰਘ ਨੇ ਦੱਸਿਆ ਕਿ ਨਾਗੋਕੇ ਵਿਖੇ ਇੱਕ ਭਤੀਜੇ ਅਤੇ ਇੱਕ ਚਾਚੇ ਦੋਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਉਸ ਤੋਂ ਬਾਅਦ ਸਾਡੇ ਡਿਊਟੀ ਅਫਸਰ ਸਬ ਇੰਸਪੈਕਟਰ ਮੁਖਤਿਆਰ ਸਿੰਘ ਅਤੇ ਮੈਂ ਖੁਦ ਮੌਕੇ 'ਤੇ ਪਹੁੰਚੇ। ਮੌਕੇ 'ਤੇ ਜਾ ਕੇ ਧਿਆਨ ਵਿੱਚ ਆਇਆ ਕਿ ਲਖਬੀਰ ਸਿੰਘ ਸਨ ਆਫ ਜਰਨੈਲ ਸਿੰਘ ਅਤੇ ਉਹਦਾ ਭਤੀਜਾ ਅੰਮ੍ਰਿਤਪਾਲ ਸਿੰਘ ਸਨ ਆਫ ਸੁਖਬੀਰ ਸਿੰਘ, ਇਹਨਾਂ ਦੋਵਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਮਾਮਲਾ ਧਿਆਨ ਵਿੱਚ ਇਹ ਆਇਆ ਕਿ ਅੰਮ੍ਰਿਤਪਾਲ ਸਿੰਘ ਦੀ ਤੇਗਵੀਰ ਸਿੰਘ ਅਤੇ ਯੋਧਵੀਰ ਸਿੰਘ ਦੋਨੋਂ ਪੁੱਤਰਾਂ ਸ਼ੀਤਲ ਸਿੰਘ ਨਾਲ ਕੁਛ ਪੁਰਾਣੀ ਰੰਜਿਸ਼ ਸੀ, ਜਿਸ ਵਜ੍ਹਾ ਕਾਰਨ ਪਰਸੋਂ ਖਡੂਰ ਸਾਹਿਬ ਦੇ ਮੇਲੇ 'ਤੇ ਵੀ ਉਹਨਾਂ ਦੀ ਆਪਸ ਵਿੱਚ ਝੜਪ ਹੋਈ। ਉਸ ਝੜਪ ਤੋਂ ਬਾਅਦ ਇਹ ਕਰੀਬ 6 ਜੋ ਬਾਏ ਨੇਮ ਸਾਡੇ ਸਾਹਮਣੇ ਆਏ ਨੇ, ਕਮਲਜੀਤ ਸਿੰਘ ਸਨ ਆਫ ਜਸਵੰਤ ਸਿੰਘ, ਤੇਗਵੀਰ ਸਿੰਘ ਸਨ ਆਫ ਸ਼ੀਤਲ ਸਿੰਘ, ਯੋਧਵੀਰ ਸਿੰਘ ਸਨ ਆਫ ਸ਼ੀਤਲ ਸਿੰਘ, ਲਾਪਰੀ ਸਿੰਘ ਸਨ ਆਫ ਟੀਟਾ, ਅਤੇ ਉਸ ਤੋਂ ਇਲਾਵਾ ਇੱਕ ਗਗੜਿਆਲ ਦਾ ਚੇਤੀ ਨਾਮ ਦਾ ਗੁਰਚੇਤ ਉਰਫ ਚੇਤੀ ਨਾਮ ਦਾ ਇਨਸਾਨ ਹੈ। ਇਹ 6 ਬੰਦੇ ਅਤੇ ਨਾਲ ਕੁਛ 8 ਤੋਂ 10 ਅਣਪਛਾਤੇ ਲੋਕ ਉੱਥੇ ਇਹਨਾਂ ਦੀਆਂ ਬਾਈਕਾਂ 'ਤੇ ਪਹੁੰਚੇ, ਜਿੱਥੇ ਇਹਨਾਂ ਦੇ ਵਿੱਚ ਪਹਿਲਾਂ ਦਾਤਾ ਦੇ ਨਾਲ ਝੜਪ ਹੋਈ। ਉਸ ਤੋਂ ਬਾਅਦ ਗੁਰਚੇਤ ਸਿੰਘ ਉਰਫ ਚੇਤੀ ਨਾਮ ਦਾ ਜੋ ਗਗੜੇਵਾਲ ਦਾ ਇਨਸਾਨ ਹੈ, ਇਸਨੇ ਆਪਣੀ ਦੁਨਾਲੀ ਨਾਲ ਸਭ ਪਹਿਲਾ ਵਾਰ ਅੰਮ੍ਰਿਤਪਾਲ ਸਿੰਘ 'ਤੇ ਕੀਤਾ ਅਤੇ ਦੂਜਾ ਵਾਰ ਉਸਦੇ ਚਾਚੇ ਲਖਬੀਰ ਸਿੰਘ 'ਤੇ ਕੀਤਾ। ਇਹਨਾਂ ਦੋਨਾਂ ਦੇ ਸ਼ਰੇ ਜੋ ਗੋਲੀ ਦੇ ਨਿਸ਼ਾਨ ਆ ਖੱਬੇ ਪਾਸੇ ਛਾਤੀ 'ਤੇ ਮਿਲੇ ਨੇ ਅਤੇ ਇਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਕਿਹਨਾਂ 'ਚ ਕੋਈ ਗ੍ਰਿਫਤਾਰੀ ਹੋਈ ਹੈ ਜੀ? ਹਜੇ ਤੱਕ 6 ਬੰਦੇ ਅਸੀਂ ਬਾਏ ਨੇਮ FIR ਦੇ ਵਿੱਚ ਨਾਮਜ਼ਦ ਕੀਤੇ ਗਏ ਨੇ ਅਤੇ ਇਹਨਾਂ 6ਾਂ ਦੇ ਘਰ ਰੇਡ ਜਾਰੀ ਨੇ, ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਅਤੇ ਬੋਡੀ ਨੂੰ ਪੋਸਟਮਾਰਟਮ ਲਈ ਰਾਤ ਨੂੰ ਭੇਜ ਦਿੱਤਾ ਗਿਆ ਸੀ। ਜਿਉਂ ਹੀ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਅਗਲੀ ਤਫਤੀਸ਼ ਧਿਆਨ ਵਿੱਚ ਲੈਂਦੀ ਜਾਵੇਗੀ। ਸ਼੍ਰੀ ਖਡੂਰ ਸਾਹਿਬ ਤੋਂ ਰਛਪਾਲ ਸਿੰਘ ਕੁਲਾਰ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ TV।